ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ ਜਦੋਂ SGPC ਭੀੜ ਬਾਬਾ ਬੁੱਢਾ ਸਾਹਿਬ ਠੱਠਾ ਚਬਾਲ ਦੀ ਆਪਣੀ 88 ਕਨਾਲ 15 ਮਰਲੇ ਜ਼ਮੀਨ ਦਾ ਕਬਜ਼ਾ ਲੈਣ ਪਹੁੰਚੀ ਤਾਂ ਆਖਿਰ ਪੁਲਿਸ ਸਮੇਂ ਤੇ ਕਿਉਂ ਨਹੀਂ ਪਹੁੰਚੀ? ਜੋ ਇਹ ਜਗ੍ਹਾ 'ਤੇ ਬਾਬਾ ਦਰਸ਼ਨ ਸਿੰਘ ਦਾ ਪਰਿਵਾਰ ਨਜਾਇਜ਼ ਕਾਬਜ਼ ਸੀ, ਕਿਉਂਕਿ ਇਹ ਜਗ੍ਹਾ ਸੰਗਤਾਂ ਦੀ ਅਤੇ ਬਾਬਾ ਬੁੱਢਾ ਸਾਹਿਬ ਦੀ ਹੈ, ਨਜਾਇਜ਼ ਕਾਬਜ਼ ਹੋਣ ਕਰਕੇ ਸੁਪਰੀਮ ਕੋਰਟ ਤੱਕ ਉਸ ਪ੍ਰਸ਼ਾਸਨ ਨੇ ਲੋਕਲ ਸਿਆਸੀ ਲੀਡਰਾਂ ਦੇ ਦਬਾਅ ਹੇਠ ਆਣ ਕੇ ਕਿਸੇ ਕਿਸਮ ਦਾ ਕਾਨੂੰਨੀ ਤੌਰ 'ਤੇ ਸਾਥ ਨਹੀਂ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, SGPC ਵੱਲੋਂ ਆਪਣੀ 88 ਕਨਾਲ 15 ਮਰਲੇ ਜਗ੍ਹਾ ਦਾ ਕਬਜ਼ਾ ਛੁਡਵਾਇਆ ਗਿਆ ਹੈ, ਕਿਉਂਕਿ SGPC ਦੇ ਅਧੀਨ ਆਉਂਦੇ ਇਤਿਹਾਸਿਕ ਗੁਰਦੁਆਰਾ ਭੀੜ ਬਾਬਾ ਬੁੱਢਾ ਸਾਹਿਬ ਠੱਠ ਚਬਾਲ ਦੀ 88 ਕਨਾਲ 15 ਮਰਲੇ ਜਗ੍ਹਾ, ਜਿਸ ਉੱਪਰ ਬਾਬਾ ਦਰਸ਼ਨ ਸਿੰਘ ਜੀ ਕਾਰ ਸੇਵਾ ਵਾਲਿਆਂ ਦਾ ਕਬਜ਼ਾ ਸੀ, ਇਸ ਸੰਬੰਧੀ SGPC ਵੱਲੋਂ ਹੇਠਲੀ ਅਦਾਲਤ ਤੋਂ ਲੈ ਕੇ ਹਾਈ ਕੋਰਟ ਤੱਕ ਕੇਸ ਜਿੱਤ ਲਏ ਗਏ ਸਨ, ਜਦਕਿ ਸੁਪਰੀਮ ਕੋਰਟ ਵੱਲੋਂ ਇਹ ਕੇਸ ਪਹਿਲਾਂ ਹੀ ਡਿਸਮਿਸ ਕਰ ਦਿੱਤਾ ਗਿਆ ਹੈ। ਅੱਜ ਇਸ ਜ਼ਮੀਨ ਦਾ SGPC ਵੱਲੋਂ ਕਬਜ਼ਾ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਗਈ ਸੀ। ਪੁਲਿਸ ਪ੍ਰਸ਼ਾਸਨ ਵੱਲੋਂ 1 ਵਜੇ ਤੱਕ ਫੋਰਸ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ, ਪਰ 3 ਵਜੇ ਤੱਕ ਜਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਫੋਰਸ ਮੁਹੱਈਆ ਨਾ ਕਰਵਾਈ ਗਈ, ਉਸ ਉਪਰੰਤ ਸੰਗਤਾਂ ਵੱਲੋਂ ਖੁਦ ਹੀ ਟਰੈਕਟਰ ਲੈ ਕੇ ਕਬਜ਼ੇ ਵਾਲੀ ਜ਼ਮੀਨ ਉੱਤੇ ਕਣਕ ਬੀਜ ਦਿੱਤੀ ਗਈ। ਇਸ ਮੌਕੇ SGPC ਮੈਂਬਰ ਸੁਖਵਿੰਦਰ ਸਿੰਘ ਭਾਟੀਆ ਨੇ ਕਿਹਾ ਕਿ SGPC ਵੱਲੋਂ ਜ਼ਮੀਨ ਵਾਪਸ ਲੈਣ ਲਈ ਪੂਰੀ ਤਰ੍ਹਾਂ ਕਾਨੂੰਨੀ ਲੜਾਈ ਲੜੀ ਗਈ ਅਤੇ ਜਿੱਤ ਹੋਣ 'ਤੇ SGPC ਵੱਲੋਂ ਆਪਣੀ ਜਗ੍ਹਾ 'ਤੇ ਵਾਪਸ ਕਬਜ਼ਾ ਕਰ ਲਿੱਤਾ ਗਿਆ ਹੈ। ਹੁਣ ਜੇਕਰ ਇਸ ਜ਼ਮੀਨ ਨੂੰ ਲੈ ਕੇ ਕੋਈ ਵੀ ਵਾਦ ਵਿਵਾਦ ਹੁੰਦਾ ਹੈ, ਉਸ ਲਈ ਪੁਲਿਸ ਪ੍ਰਸ਼ਾਸਨ ਅਤੇ ਲੋਕਲ ਲੀਡਰਸ਼ਿਪ ਹੀ ਜ਼ਿੰਮੇਵਾਰ ਹੋਵੇਗੀ। ਇਸ ਬਾਰੇ SGPC ਦੀ ਧਰਮ ਪ੍ਰਚਾਰ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੂਰਾ ਨੇ ਕਿਹਾ ਕਿ ਇਸ ਜਗ੍ਹਾ ਉੱਪਰ ਬਾਬਾ ਦਰਸ਼ਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਪਰਿਵਾਰ ਵਾਲੇ ਲੰਮੇ ਸਮੇਂ ਤੋਂ ਕਬਜ਼ਾ ਕੀਤੇ ਹੋਏ ਸਨ, ਜਿਸ ਨੂੰ ਲੈ ਕੇ SGPC ਵੱਲੋਂ ਹੇਠਲੀ ਅਦਾਲਤ ਤੋਂ ਲੈ ਕੇ ਹਾਈ ਕੋਰਟ ਤੱਕ ਲੜਾਈ ਲੜੀ ਗਈ ਅਤੇ ਜਿੱਤੀ ਗਈ। ਉਹਨਾਂ ਕਿਹਾ ਕਿ ਅੱਜ ਪੁਲਿਸ ਅਤੇ ਲੋਕਲ ਲੀਡਰਸ਼ਿਪ ਇਹ ਕਬਜ਼ਾ ਰੋਕਣਾ ਚਾਹੁੰਦੀ ਸੀ, ਪਰ ਸੰਗਤ ਨੇ ਅੱਗੇ ਵੱਧ ਕੇ ਸਹਿਯੋਗ ਨਾਲ ਆਪਣੀ ਜ਼ਮੀਨ ਵਾਪਸ ਲੈ ਲਈ ਹੈ। ਜੇਕਰ ਹੁਣ ਕੋਈ ਵੀ ਟਕਰਾਅ ਕਰਨ ਲਈ ਆਉਂਦਾ ਹੈ, ਉਸ ਲਈ ਜ਼ਿੰਮੇਵਾਰ ਪੁਲਿਸ ਅਤੇ ਪ੍ਰਸ਼ਾਸਨ ਆਪ ਹੋਵੇਗਾ। ਜੋ ਇਹ ਜਗ੍ਹਾ 'ਤੇ ਬਾਬਾ ਦਰਸ਼ਨ ਸਿੰਘ ਦਾ ਪਰਿਵਾਰ ਨਜਾਇਜ਼ ਕਾਬਜ਼ ਸੀ, ਕਿਉਂਕਿ ਇਹ ਜਗ੍ਹਾ ਸੰਗਤਾਂ ਦੀ ਅਤੇ ਬਾਬਾ ਬੁੱਢਾ ਸਾਹਿਬ ਦੀ ਹੈ, ਅਤੇ ਨਜਾਇਜ਼ ਕਾਬਜ਼ ਹੋਣ ਕਰਕੇ ਸੁਪਰੀਮ ਕੋਰਟ ਤੱਕ ਇਹ ਜਿਹੜਾ ਕੇਸ ਆ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਹੱਕ ਵਿੱਚ ਹੋਇਆ। ਪੁਲਿਸ ਪ੍ਰਸ਼ਾਸਨ ਨੇ ਲੋਕਲ ਸਿਆਸੀ ਲੀਡਰਾਂ ਦੇ ਦਬਾਅ ਹੇਠ ਆਣ ਕੇ ਕਿਸੇ ਕਿਸਮ ਦਾ ਕਾਨੂੰਨੀ ਤੌਰ 'ਤੇ ਸਾਥ ਨਹੀਂ ਦਿੱਤਾ। ਮੈਂ ਤਾਂ ਕਹੂੰਗਾ ਕਾਨੂੰਨ ਦਾ ਬਿਲਕੁਲ ਸਾਥ ਨਹੀਂ ਦਿੱਤਾ, ਅਤੇ ਜੋ ਕਿ ਸੰਗਤਾਂ ਨੇ ਅੱਜ ਆਪਣੇ ਜਜ਼ਬਾਤਾਂ ਨੂੰ ਨਾ ਸਾਂਭਦੇ ਹੋਏ, ਕਿਉਂਕਿ ਇਹ ਜਗ੍ਹਾ ਗੁਰਦੁਆਰਾ ਸਾਹਿਬ ਦੀ ਹੈ ਅਤੇ ਸੰਗਤਾਂ ਨੇ ਆਪ ਅੱਗੇ ਹੋ ਕੇ ਨਾਲ ਸਹਿਯੋਗ ਕਰਕੇ ਉਸ ਜਗ੍ਹਾ ਦਾ ਸਾਰਾ ਕਬਜ਼ਾ ਲੈ ਲਿਆ। ਅਸੀਂ ਫਿਰ ਇੱਕ ਵਾਰ ਪੁਲਿਸ ਪ੍ਰਸ਼ਾਸਨ ਬੇਨਤੀ ਕਰਦੇ ਹਾਂ ਕਿ ਜੋ ਹੁਣ ਉਹ ਬਾਬਾ ਬੁੱਢਾ ਸਾਹਿਬ ਜੀ ਦੀ ਕਿਰਪਾ ਨਾਲ ਸਹੀ ਕੰਮ ਹੋ ਗਿਆ, ਅਤੇ ਇਸ ਨੂੰ ਹੁਣ ਖਰਾਬ ਨਾ ਕੀਤਾ ਜਾਵੇ। ਜੇ ਕੋਈ ਖਰਾਬੀ ਹੋਈ ਤਾਂ ਉਹਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਅਤੇ ਲੋਕਲ ਲੀਡਰਸ਼ਿਪ ਹੋਵੇਗੀ। ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੀ ਜ਼ਮੀਨ 88 ਕਨਾਲ 15 ਮਰਲੇ ਦਾ
ਬਾਬਾ ਦਰਸ਼ਨ ਸਿੰਘ ਅਤੇ ਉਹਨਾਂ ਦਾ ਪਰਿਵਾਰ ਬੜੇ ਲੰਮੇ ਸਮੇਂ ਤੋਂ ਨਜਾਇਜ਼ ਕਾਬਜ਼ ਸੀ। ਉਹਨਾਂ ਤੋਂ ਛੁਡਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਜਰ ਬੀੜ ਬਾਬਾ ਬੁੱਢਾ ਸਾਹਿਬ ਅਤੇ ਸੰਗਤਾਂ ਨੇ ਕੇਸ ਕੀਤਾ ਸੀ। ਉਹ ਕੇਸ ਲੋਅਰ ਕੋਰਟ ਤੋਂ ਲੈ ਕੇ ਮਾਣਯੋਗ ਸੁਪਰੀਮ ਕੋਰਟ ਤੱਕ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਹੱਕ 'ਚ ਹੋ ਗਿਆ। ਉਸ ਤੋਂ ਬਾਅਦ ਇਜਰਾ ਪਾ ਕੇ ਪੁਜੈਸ਼ਨ ਵਾਰੰਟ ਸਾਨੂੰ ਜਾਰੀ ਹੋਏ। ਪਹਿਲੇ ਵਾਰੰਟ ਜਿਹੜੇ ਜਾਰੀ ਹੋਏ ਨੇ, ਦੋ ਵਾਰ ਪੁਜੈਸ਼ਨ ਵਾਰੰਟ ਸਾਨੂੰ ਹੋਏ ਨੇ ਜਾਰੀ ਜੀ ਸਤੰਬਰ ਮਹੀਨੇ 'ਚ। ਉਸ ਤੋਂ ਬਾਅਦ ਮਾਣਯੋਗ ਅਦਾਲਤ ਨੇ ਸਾਨੂੰ 15 ਨਵੰਬਰ ਤੱਕ ਕਬਜ਼ਾ ਦਿਵਾਉਣ ਦੇ ਵਾਰੰਟ ਜਾਰੀ ਕੀਤੇ। ਫਿਰ 15 ਨਵੰਬਰ ਤੋਂ ਬਾਅਦ 2 ਦਸੰਬਰ ਤੱਕ, 2 ਦਸੰਬਰ ਤੋਂ ਬਾਅਦ 16 ਦਸੰਬਰ ਤੱਕ ਇਸ ਜਗ੍ਹਾ ਦਾ ਕਬਜ਼ਾ ਗੁਰਦੁਆਰਾ ਸਾਹਿਬ ਨੂੰ ਦਿਵਾਉਣ ਲਈ ਮਾਣਯੋਗ ਅਦਾਲਤ ਨੇ ਪੁਜੈਸ਼ਨ ਵਾਰੰਟ ਜਾਰੀ ਕੀਤੇ ਸੀ। ਅਤੇ ਸਮੇਂ ਸਮੇਂ ਉਹਨਾਂ ਨੇ ਨਾਲ ਪੁਲਿਸ ਪ੍ਰੋਟੈਕਸ਼ਨ ਪੁਲਿਸ ਨੂੰ ਵੀ ਹਦਾਇਤ ਕੀਤੀ ਆ ਮਾਣਯੋਗ ਅਦਾਲਤ ਨੇ, ਅਤੇ ਮਾਲ ਵਿਭਾਗ ਨੂੰ ਵੀ, ਮਾਲ ਵਿਭਾਗ ਵੱਲੋਂ ਵਾਰ ਵਾਰ ਟਾਈਮ ਦੇ ਕੇ ਪੁਲਿਸ ਨੂੰ ਲਿਖ ਕੇ ਵੀ 19 ਤਰੀਕ ਨੂੰ ਸਾਨੂੰ ਪੁਲਿਸ ਇਮਦਾਦ ਦਿੱਤੀ ਜਾਵੇ। 4 ਵਾਰ ਪੁਲਿਸ ਇਮਦਾਦ ਮੰਗਣ ਦੇ ਬਾਵਜੂਦ ਵੀ ਲੋਕਲ ਜਿਹੜੀ ਸਰਕਾਰੀ ਜਿਹੜੇ, ਮੈਂ ਤਾਂ ਸਮਝਦਾ ਵੀ ਸਿਆਸੀ ਲੋਕਾਂ 'ਤੇ ਦਬਾਅ ਥੱਲੇ ਆ ਕੇ ਪੁਲਿਸ ਨੇ 4 ਵਾਰ ਸਾਨੂੰ ਟਾਈਮ ਦੇ ਕੇ ਅਤੇ 4 ਵਾਰ ਹੀ ਸਾਨੂੰ ਮੌਕੇ 'ਤੇ ਆ ਕੇ ਜਵਾਬ ਦੇ ਦਿੱਤਾ। ਉਹ ਜਵਾਬ ਦੇਣ ਤੋਂ ਬਾਅਦ ਅੱਜ ਦਾ ਟਾਈਮ ਦਿੱਤਾ ਸੀ ਸਾਨੂੰ ਪੁਲਿਸ ਪ੍ਰਸ਼ਾਸਨ ਨੇ 1 ਵਜੇ ਦਾ, ਜਦੋਂ 3 ਵਜੇ ਤੱਕ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਜਵਾਬ ਦੇ ਦਿੱਤਾ। ਅਤੇ ਇੱਥੋਂ ਸੰਗਤਾਂ ਨੇ ਅੱਗੇ ਲਾ ਕੇ ਉਹ ਜਿਹੜੀ ਜ਼ਮੀਨ ਸੀ 88 ਕਨਾਲ 15 ਮਰਲੇ ਉਹਦਾ ਕਬਜ਼ਾ ਆਪ ਲੈ ਲਿਆ। ਉਹਦੇ ਵਿੱਚ ਜਿਹੜੇ ਕੁਝ ਹੋਰ ਕਾਬਜ਼ ਸਨ ਜਿਨ੍ਹਾਂ ਨੂੰ ਬਾਬੇ ਨੇ ਜ਼ਮੀਨ ਦਿੱਤੀ ਸੀ, ਉਹਨਾਂ ਨੇ ਸਾਨੂੰ ਆਪਣੇ ਆਪ ਲਿਖ ਕੇ ਦੇ ਦਿੱਤਾ, ਅਸੀਂ ਉਹਦਾ ਕਬਜ਼ਾ ਛੱਡਿਆ। ਬਾਕੀ ਜ਼ਮੀਨ ਸਾਰੀ ਵਾਹ ਕੇ ਉਹਦੇ 'ਚ ਅਸੀਂ ਅੱਜ ਕਣਕ ਬੀਜ ਦਿੱਤੀ ਆ। ਜਿਹੜੀ ਖਾਲੀ ਜ਼ਮੀਨ ਪਈ ਸੀ ਉਹਦੇ 'ਚ ਕਣਕ ਬੀਜ ਦਿੱਤੀ ਗਈ ਆ। ਇਹ ਜ਼ਮੀਨ 'ਤੇ ਹੁਣ ਬਾਬਾ ਬੁੱਢਾ ਸਾਹਿਬ ਦਾ ਜਿਹੜਾ ਹੈ ਉਹ ਬਿਲਕੁਲ ਨਿਰੋਲ ਪ੍ਰਬੰਧ 'ਤੇ ਕਬਜ਼ਾ ਹੋ ਗਿਆ। ਅੱਜ ਤੋਂ ਬਾਅਦ ਜੇ ਕਿਸੇ ਵੀ ਬੰਦੇ ਨੇ ਇਸ ਜਗ੍ਹਾ ਵਿੱਚ ਆ ਕੇ ਕੋਈ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਦੇ ਵਿੱਚ ਜੇ ਕੋਈ ਝਗੜਾ ਹੋ ਕੇ ਨੁਕਸਾਨ ਹੁੰਦਾ, ਉਹਦੇ ਲਈ ਲੋਕਲ ਪੁਲਿਸ ਪ੍ਰਸ਼ਾਸਨ ਅਤੇ ਇੱਥੋਂ ਦੇ ਜਿਹੜੇ ਸਿਆਸੀ ਆਗੂ ਨੇ, ਮੌਜੂਦਾ ਸਰਕਾਰ ਦੇ ਸਿਆਸੀ ਆਗੂ, ਉਹ ਜ਼ਿੰਮੇਵਾਰ ਹੋਣਗੇ। ਕਿਉਂਕਿ ਅਸੀਂ ਸਮਝਾਂਗੇ ਵੀ ਜੇ ਕੋਈ ਛੇੜਖਾਨੀ ਕਰਦਾ ਤਾਂ ਉਹ ਪੁਲਿਸ ਪ੍ਰਸ਼ਾਸਨ ਦੀ ਮਰਜ਼ੀ, ਅਤੇ ਇੱਥੋਂ ਦੇ ਲੋਕਲ MLA ਅਤੇ ਹੋਰ ਜਿਹੜੇ ਸਿਆਸੀ ਆਗੂ ਨੇ ਉਹਨਾਂ ਦੀ ਮਰਜ਼ੀ ਤੋਂ ਬਗੈਰ ਇੱਥੇ ਵੜ ਨਹੀਂ ਸਕਦਾ। ਸਾਡੀ ਇਹ ਅਪੀਲ ਆ, ਇਹ ਜਿਹੜੀ ਆ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦਾ ਕਬਜ਼ਾ ਲੈ ਲਿਆ, ਗੁਰਦੁਆਰਾ ਸਾਹਿਬ 'ਤੇ ਕਾਬਜ਼ ਹੈ ਅਤੇ ਉਹ ਵਹੀ ਕਰੇਗਾ। ਕੋਈ ਵੀ ਕਿਸੇ ਕਿਸਮ ਦਾ ਇੱਥੇ ਕੋਈ ਆਇਆ ਝਗੜਾ ਆਇਆ ਤਾਂ ਉਹਦੇ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇ। ਗੁਰਪਿਆਰਿਓ, ਸੋਚਣ ਵਾਲੀ ਗੱਲ ਹੈ, ਜੇਕਰ SGPC ਹੇਠਲੀ ਅਦਾਲਤ ਤੋਂ ਲੈ ਕੇ ਉੱਚ ਅਦਾਲਤ ਤੱਕ ਕੇਸ ਜਿੱਤ ਕੇ ਇਸ ਜ਼ਮੀਨ ਦਾ ਕਬਜ਼ਾ ਲੈਣ ਵਾਸਤੇ ਪਹੁੰਚ ਰਹੀ ਸੀ ਅਤੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਇਸ ਦੇ ਇਤਲਾਹ ਦਿੱਤੀ ਗਈ ਸੀ ਅਤੇ ਉਹਨਾਂ ਨੇ ਅੱਗਿਓਂ ਵਾਅਦਾ ਵੀ ਕੀਤਾ ਸੀ ਕਿ 1 ਵਜੇ ਤੱਕ ਫੋਰਸ ਪਹੁੰਚਾ ਦਿੱਤੀ ਜਾਵੇਗੀ, ਤਾਂ ਤੁਸੀਂ ਸੋਚ ਸਕਦੇ ਹੋ ਅਗਰ ਫੋਰਸ ਸਮੇਂ 'ਤੇ ਨਹੀਂ ਪਹੁੰਚੀ ਅਤੇ ਕਬਜ਼ਾ ਆਪ SGPC ਨੂੰ ਲੈਣਾ ਪਿਆ ਹੈ ਸੰਗਤਾਂ ਦੀ ਸਹਾਇਤਾ ਨਾਲ, ਤਾਂ ਇਹ ਕਿੰਨੇ ਵੱਡੇ ਜੋਖਮ ਦਾ ਕੰਮ ਵੀ ਹੋ ਸਕਦਾ ਸੀ, ਇਸ ਜਗ੍ਹਾ ਉੱਤੇ ਖੂਨ ਖਰਾਬਾ ਵੀ ਹੋ ਸਕਦਾ ਸੀ। ਪਰ ਸਵਾਲ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਤੇ ਇਹੀ ਚੁੱਕੇ ਜਾਂਦੇ ਨੇ ਕਿ ਵਾਅਦਾ ਕਰਕੇ ਵੀ ਸਮੇਂ ਸਿਰ ਪੁਲਿਸ ਅਤੇ ਪ੍ਰਸ਼ਾਸਨ ਨੇ ਪ੍ਰੋਟੈਕਸ਼ਨ ਮੁਹੱਈਆ ਕਿਉਂ ਨਹੀਂ ਕਰਵਾਈ, ਫੋਰਸ ਕਿਉਂ ਨਹੀਂ ਭੇਜੀ, ਅਤੇ ਅਜਿਹੇ ਕਿਹੜੇ ਉਹ ਰਸੂਖਦਾਰ ਨੇ, ਅਜਿਹੇ ਕਿਹੜੇ ਸਰਕਾਰੀ ਤੰਤਰ ਦੇ ਵਿੱਚ ਬੜੇ ਹੋਏ ਮਸੰਦ ਨੇ ਜਿਹੜੇ ਚਾਹੁੰਦੇ ਹੀ ਨਹੀਂ ਕਿ ਗੁਰੂ ਦੀ ਜ਼ਮੀਨ ਗੁਰੂ ਦੇ ਲੜ ਲੱਗੇ, ਜੋ ਚਾਹੁੰਦੇ ਨੇ ਕਿ ਇਸ ਜ਼ਮੀਨ ਦੇ ਉੱਤੇ ਕਬਜ਼ਾਧਾਰੀਆਂ ਦਾ ਹੀ ਕਬਜ਼ਾ ਹੋਇਆ ਰਹੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਤਰਨ ਤਾਰਨ ਸਾਹਿਬ ਤੋਂ ਜਸਵੀਰ ਸਿੰਘ ਲੱਡੂ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।